ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਪਹਿਲਾਂ ਵੀ ਖੀਵਾ ਕਲਾਂ ਦੇ ਕੁਛ ਮੁੱਦੇ ਲੈ ਕੇ ਆਉਂਦੇ ਹਾਂ। ਅੱਜ ਅਸੀਂ ਖੀਵਾ ਕਲਾਂ ਦਾ ਜੋ ਮੁੱਦੇ ਨੇ, ਜੋ ਕੰਮ ਨੇ, ਜੋ ਸਾਨੂੰ ਪਰੇਸ਼ਾਨੀਆਂ ਆਉਂਦੀਆਂ ਨੇ, ਉਹਦੇ ਵਾਸਤੇ ਅਸੀਂ ਇੱਕ ਜਿਹੜੀ ਖੀਵਾ ਕਲਾਂ ਤੋਂ ਭੀਖੀ ਨੂੰ ਛੜਕ ਜਾਂਦੀ ਹੈ, ਇਹ ਅਸੀਂ ਅੱਜ ਮੁੱਦਾ ਲੈ ਕੇ ਆਏ ਹਾਂ ਵੀ ਜਿਹੜੀ ਖੀਵਾ ਕਲਾਂ ਤੋਂ ਭੀਖੀ ਨੂੰ ਛੜਕ ਜਾਂਦੀ ਹੈ, ਇਹ ਤਕਰੀਬਨ 3-4 ਸਾਲ ਹੋ ਗਏ ਇਹਦੇ 'ਤੇ ਕੋਈ ਮਤਲਬ ਕਿ ਕੋਈ ਇਹਦੇ 'ਤੇ ਕੋਈ ਕੁਛ ਨਹੀਂ ਬਣਿਆ ਹੈਗਾ। ਨਾ ਤਾਂ ਇਹਦੇ ਕੋਈ ਪੱਥਰ ਪਿਆ, ਨਾ ਇਹਦੇ ਕੋਈ ਲੁੱਕ ਪਈ ਹੈ, ਤਾਂ ਕਰਕੇ ਇਹ ਮਤਲਬ ਕਿ ਜੋ ਮੀਹਾਂ ਕਰਕੇ ਲਾ ਲਓ ਜਾਂ ਹੋਰ ਆਮ ਜਿਹੜੀ ਇੱਥੋਂ ਦੀ ਜ਼ਿਆਦਾ ਲੰਘਦੀ ਹੈ, ਜ਼ਿਆਦਾ ਲੋਕ ਇੱਥੋਂ ਦੀ ਵੱਧ ਲੰਘਦੇ ਨੇ ਟ੍ਰੈਫਿਕ, ਉਹਦੇ ਵਾਸਤੇ ਸਾਨੂੰ ਇਹ ਵੀ ਇੱਕ ਤੁਹਾਨੂੰ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਸੜਕ ਭੀਖੀ ਤੋਂ ਇੱਧਰ ਜਾਂਦੀ ਹੈ, ਚੀਮੇ ਨੂੰ ਜਾਂਦੀ ਹੈ, ਉੱਥੇ ਜਾਮ ਲੱਗ ਜਾਂਦੇ ਨੇ ਜਾਂ ਕੋਈ ਧਰਨਾ ਮੁਜ਼ਾਹਰਾ ਹੋ ਜਾਂਦਾ, ਉਹ ਸਾਰੀ ਟ੍ਰੈਫਿਕ ਇੱਧਰ ਸਮਾਂ ਤੋਂ ਖੀਵਾ ਕਲਾਂ ਹੋ ਕੇ ਜਾਂਦੀ ਹੈ ਜੀ। ਇਹਦੇ ਵਾਸਤੇ ਇਹ ਸੜਕ ਇੰਨੀ ਖਸਤਾ ਹੋਈ ਪਈ ਹੈ ਵੀ ਇੱਥੋਂ ਦਾ ਮਤਲਬ ਕਿ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ। ਅਸੀਂ ਪਹਿਲਾਂ ਵੀ ਸਾਡੀ ਪੰਚਾਇਤ ਨੇ ਵੀ ਪਹਿਲਾਂ ਮਤੇ ਪਾਏ ਨੇ ਵੀ ਸਾਡੀ ਇਹ 18 ਫੁੱਟੀ ਸੜਕ ਬਣਾਈ ਜਾਵੇ। 18 ਫੁੱਟੀ ਦਾ ਮਤੇ ਵੀ ਪਾਏ ਨੇ ਕਿਉਂਕਿ ਜਿਹੜੀ ਸੜਕ 18 ਫੁੱਟੀ ਦੀ ਉਹ ਗੁੜਥੜੀ ਤੋਂ ਲੈ ਕੇ ਉੱਧਰ ਖੀਵਾ ਖੁਰਦ ਕਨੀ ਦੀ ਲੰਘ ਗਈ। ਸਾਡੇ ਜੋ ਜਿਹੜੀ ਸੜਕ ਮੇਨ ਹੈ ਇਹ ਸਾਡੀ ਖੀਵਾ ਕਲਾਂ ਤੋਂ ਭੀਖੀ ਵਾਲਾ ਜਿਹੜਾ ਸਮਾਂ ਵਾਲਾ ਰਸਤਾ ਆਉਂਦਾ ਹੈ, ਇਹ ਤਕਰੀਬਨ ਇੰਨੇ ਹੀ ਲੋਕ ਪਰੇਸ਼ਾਨ ਹੁੰਦੇ ਨੇ ਕਿਉਂਕਿ ਇਹ ਥਾਂ ਥਾਂ ਤੋਂ ਟੁੱਟੀ ਪਈ ਹੈ। ਜਦੋਂ ਲੰਘਦਾ ਹੈ ਸਕੂਲ ਵਾਲੀਆਂ ਬੱਸਾਂ ਵੀ ਲੰਘਦੀਆਂ ਨੇ, ਸਾਡੇ ਸ਼ੈਲਰ ਵੀ ਨੇ 3, ਸਾਡੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 9ਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਵੀ ਹੈ, ਉੱਥੇ ਆਏ ਮਹੀਨੇ 10ਵੀਂ ਮਨਾਉਂਦੇ ਹਾਂ। ਉਦੋਂ ਬਾਅਦ ਸਾਡੇ ਇੱਕ ਬਾਬਾ ਜੋਗੀ ਪੀਰ ਦੀ ਉੱਥੇ ਇੱਕ ਜਗ੍ਹਾ ਬਣੀ ਹੋਈ ਹੈ ਅਤੇ ਛਮਾਹੀ ਨੂੰ ਮੇਲਾ ਲੱਗਦਾ ਅਤੇ ਉਹ ਵੀ ਤਾਂ ਹੀ ਟ੍ਰੈਫਿਕ ਆਉਂਦੀ ਹੈ। ਇਹੀ ਮੇਰੀ ਬੇਨਤੀ ਹੈ ਵੀ ਜਿਹੜੀ ਸੜਕ ਹੈ ਇਹ ਖੀਵਾ ਕਲਾਂ ਤੋਂ ਭੀਖੀ ਨੂੰ ਜਿਹੜੀ ਸੜਕ ਆ ਰਹੀ ਹੈ, ਇਹਦੀ ਹਾਲਤ ਇੰਨੀ ਖਸਤਾ ਹੋ ਗਈ ਕਿ ਜਾਨੀ ਮਾਲੀ ਨੁਕਸਾਨ ਹੋ ਸਕਦਾ। ਮੈਂ ਪ੍ਰਸ਼ਾਸਨ ਨੂੰ, DC ਸਾਹਿਬ ਨੂੰ, ਮੁੱਖ ਮੰਤਰੀ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦਾ ਕਿ ਇਹਦੇ ਲਈ ਕੁਛ ਖਾਸ ਧਿਆਨ ਦਿੱਤਾ ਜਾਵੇ ਤਾਂ ਕਿ ਕੁਝ ਮਾਲੀ ਜਾਨੀ ਨੁਕਸਾਨ ਨਾ ਹੋਵੇ। ਜਾਂ ਤਾਂ ਸਾਡੀ 18 ਫੁੱਟੀ ਸੜਕ ਬਣਾਈ ਜਾਵੇ, ਜਾਂ ਹਲੇ ਸਾਡੇ ਇੱਥੇ ਕੰਮ ਚੱਲਦਾ ਜੀ ਢੇਪੀ ਵਾਲੇ ਰਾਹ 'ਤੇ, ਜੇ ਜੋ ਸੜਕ ਦਾ ਕੰਮ ਕਰਦਾ, ਮੰਡੀ ਬੋਰਡ ਦਾ ਕੰਮ ਚੱਲ ਰਿਹਾ, ਉਹਨਾਂ ਨੂੰ ਬੇਨਤੀ ਕੀਤੀ ਜਾਵੇ ਵੀ ਜਿੱਥੇ ਜ਼ਿਆਦਾ ਖੱਡੇ ਪਏ ਹੋਏ ਨੇ ਉਹ ਖੱਡੇ ਭਰੇ ਜਾਣ, ਤਾਂ ਕਿ ਜਿੱਥੇ ਖੱਡੇ ਪਏ ਨੇ ਜਾਂ ਸੜਕ ਟੁੱਟੀ ਪਈ ਹੈ, ਕੁਛ ਥਾਂ ਤਾਂ ਇਹੋ ਜਿਹੇ ਨੇ ਵੀ ਜਿੱਥੇ ਇਕੱਲਾ ਮਤਲਬ ਕਿ ਜਾਂ ਕੋਈ ਬੱਸ ਜਾਂ ਕਾਰ ਹੀ ਲੰਘਦੀ ਹੈ, ਲਾਂਭੇ ਬੰਦਾ ਕੋਈ ਲੰਘ ਨਹੀਂ ਸਕਦਾ। ਇੰਨੀ ਜ਼ਿਆਦਾ ਤੰਗ ਹੋਈ ਪਈ ਹੈ, ਇੰਨਾ ਰਸਤਾ ਬਲੌਕ ਹੋਇਆ ਪਿਆ। ਮੇਰੀ ਇਹੀ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਸਾਡੇ ਜੋ ਖੀਵਾ ਕਲਾਂ ਦਾ ਮੁੱਦਾ ਹੈ ਜੀ, ਇਹਨੂੰ ਅਸੀਂ ਵਾਰਨ ਨੂੰ ਅਸੀਂ DC ਨੂੰ ਵੀ ਮੰਗ ਪੱਤਰ ਦੇਵਾਂਗੇ, ਇਹਦਾ ਧਿਆਨ ਦਿੱਤਾ ਜਾਵੇ, ਸੜਕ ਸਾਡੀ 18 ਫੁੱਟੀ ਬਣਾਈ ਜਾਵੇ ਜਿਹੜੀ ਕਿ ਗਾਹਾਂ ਚੀਮਿਆਂ ਤੱਕ ਹੀਰੋਂ ਨੂੰ ਵੀ ਲੰਘਦੀ ਹੈ। ਇਹੀ ਮੇਰੀ ਬੇਨਤੀ ਹੈ। ਜਾਂ ਇਹ ਸੜਕ ਹਲੇ 18 ਫੁੱਟੀ ਤਾਂ ਚਲੋ ਬਣੂ, ਜਦੋਂ ਵੀ ਬਣੂਗੀ ਕੋਈ ਗੱਲ ਨਹੀਂ, ਪਰ ਹਲੇ ਉਹਦਾ ਜਿਹੜਾ ਕੋਈ ਮਾੜਾ ਮੋਟਾ ਜਿੱਥੇ ਕੋਈ ਟੋਏ ਟੱਬੇ ਨੇ ਉਹ ਭਰੇ ਜਾਣ, ਤਾਂ ਕਿ ਕੋਈ ਮਾਲੀ ਨਾਲ ਜਾਨੀ ਨੁਕਸਾਨ ਨਾ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।